ਪਿਆਰੇ ਵਿਦਿਆਰਥੀ, ਸਵਾਗਤ ਹੈ ਚੈਨਲ ਵਿੱਚ। ਹਾਜ਼ਰ ਹਾਂ ਅਗਲੀ ਵੀਡੀਓ ਲੈ ਕੇ। ਅੱਜ ਦੀ ਵੀਡੀਓ ਵਿੱਚ ਆਪਾਂ ਕਰਾਂਗੇ ਕਲਾਸ 12th CBSE ਦੀਆਂ ਮਹੱਤਵਪੂਰਨ ਅਖੌਤਾਂ, ਜੋ ਕਿ ਤੁਹਾਨੂੰ ਪੇਪਰਾਂ ਵਿੱਚ ਆ ਸਕਦੀਆਂ ਹਨ। 2023-24 ਦੀਆਂ ਨੇ ਅਤੇ ਭਾਗ 21 ਦਾ ਬਣਾਇਆ ਮੈਂ, ਉਹ ਤੁਸੀਂ ਚੈਨਲ 'ਤੇ ਵਿਜ਼ਿਟ ਕਰ ਸਕਦੇ ਹੋ। ਅਤੇ ਭਾਗ 2 ਹੈ। ਅਤੇ ਆਸ ਕਰਦੀ ਹਾਂ ਵੀਡੀਓ ਚੰਗੀ ਲੱਗੇਗੀ। ਅਤੇ ਚੈਨਲ 'ਤੇ ਨਵੇਂ ਹੋ ਤਾਂ ਇਸਨੂੰ ਸਬਸਕ੍ਰਾਈਬ ਜ਼ਰੂਰ ਕਰੋ, ਬੈਲ ਆਈਕਨ ਨੂੰ ਪ੍ਰੈਸ ਕਰੋ ਤਾਂ ਕਿ ਆਉਣ ਵਾਲੀ ਸਾਰੀ ਵੀਡੀਓ ਸਭ ਤੋਂ ਪਹਿਲਾਂ ਤੁਹਾਡੇ ਕੋਲ ਪਹੁੰਚ ਸਕਣ। ਅਤੇ ਆਓ ਸ਼ੁਰੂ ਕਰਨ ਲੱਗੇ ਆਪਾਂ ਮਹੱਤਵਪੂਰਨ ਅਖੌਤਾਂ। ਕੁੱਤਾ ਭੌਂਕੇ ਬੱਦਲ ਗੱਜੇ, ਨਾ ਉਹ ਵੱਡੇ ਨਾ ਉਹ ਵਸੇ। ਰਾਣੀ ਆਪਣੇ ਪੈਰ ਧੋਂਦੀ, ਗੋਲੀ ਨਹੀਂ ਕਹਾਉਂਦੀ। ਵਿੱਦਿਆ ਵਿਚਾਰੀ ਤਾਂ ਪਰ ਉਪਕਾਰੀ, ਅੰਨਾ ਵੰਡੇ ਰਿਉੜੀਆਂ ਮੁੜ ਮੁੜ ਆਪਣਿਆਂ ਨੂੰ। ਉੱਥੇ ਅਮਲਾਂ 'ਤੇ ਹੋਣਗੇ ਨਿਬੇੜੇ, ਜਾਤ ਕਿਸੇ ਪੁੱਛਣੀ ਨਹੀਂ। ਘਰ ਦਾ ਜੋਗੀ ਜੋਗੜਾ, ਬਾਹਰ ਦਾ ਜੋਗੀ ਸਿੱਧ। ਅੱਗੇ ਸੱਪ ਅਤੇ ਪਿੱਛੇ ਛੀਂ, ਕੋਹ ਨਾ ਚੱਲੀ ਬਾਬਾ ਤਿਹਾਈ। ਘਰ ਵੱਸਦਿਆਂ ਦੇ, ਸਾਖ ਮਿਲਦਿਆਂ ਦੇ ਅਤੇ ਖੇਤ ਵਾਹੁੰਦਿਆਂ ਦੇ। ਇੱਕ ਦਰ ਬੰਦ ਸੌ ਦਰ ਖੁੱਲ੍ਹਾ, ਆਪਣੀ ਅਕਲ ਦੇ ਪਰਾਇਆ ਧਨ ਬਹੁਤ ਹੀ ਜਾਪਦਾ ਹੈ। ਮਾਹਾਂ ਮੁੱਠਾਂ ਵਿੱਚ ਕੋਈ ਵੱਡਾ ਛੋਟਾ ਨਹੀਂ ਹੁੰਦਾ। ਆਪੇ ਫਾਥੜੀਏ ਤੈਨੂੰ ਕੌਣ ਛੁਡਾਵੇ, ਖਿੱਦੋ ਫਰੋਲਿਆਂ ਲੀਰਾਂ ਹੀ ਨਿਕਲਣੀਆਂ ਹਨ। ਪਾਣੀ ਵਿੱਚ ਸੋਟਾ ਮਾਰਿਆ ਪਾਣੀ ਦੋ ਨਹੀਂ ਹੋ ਜਾਂਦੇ, ਬਹਿ ਕੇ ਖਾਧਿਆਂ ਤਾਂ ਖੂਹ ਵੀ ਨਿਖੁੱਟ ਜਾਂਦੇ ਹਨ। ਵੱਡਾ ਭੰਡਾਰੀਆ ਕਿੰਨਾ ਕੁ ਭਾਰ, ਇੱਕ ਮੁੱਠੀ ਚੁੱਕ ਲੈ ਦੂਜੀ ਤਿਆਰ। ਮੈਂ ਵੀ ਰਾਣੀ ਤੂੰ ਵੀ ਰਾਣੀ, ਕੌਣ ਭਰੇਗਾ ਪਾਣੀ। ਮੱਖਣ ਖਾਂਦਿਆਂ ਦੰਦ ਘੱਸਦੇ ਨੇ ਤਾਂ ਘੱਸਣ ਦਿਓ, ਭਲਾ ਹੋਇਆ ਮੇਰਾ ਚਰਖਾ ਟੁੱਟਾ, ਜਿੰਦ ਅਜਾਬੋਂ ਛੁੱਟੀ। ਲੋਹੜੀ ਦਾ ਗੁੜ ਢਿੱਲਾ, ਵਾਹ ਕਰਮਾਂ ਦਿਆ ਬਲੀਆ, ਰਿੱਧੀ ਖੀਰ 'ਤੇ ਹੋ ਗਿਆ ਦਲੀਆ। ਪੰਜੇ ਘਿਓ 'ਤੇ ਸਿਰ ਕੜਾਈ 'ਚ, ਚੋਰ ਦੀ ਮਾਂ ਕੋਠੀ 'ਚ ਮੂੰਹ। ਆਰੀ ਨੂੰ ਇੱਕ ਪਾਸੇ ਦਿੰਦੇ, ਜਹਾਨ ਨੂੰ ਦੋਹੀਂ ਪਾਸੇ। ਸਾਰਾ ਜਾਂਦਾ ਵੇਖੀਏ ਅੱਧਾ ਦਈਏ ਵੰਡ। ਸੰਗ ਤਾਰੇ ਕੁਸੰਗ ਡੋਬੇ, ਕੋਹ ਨਾ ਚੱਲੀ ਬਾਬਾ ਤਿਹਾਈ। ਜਾਂਦੇ ਚੋਰ ਦੀ ਲੰਗੋਟੀ ਹੀ ਸਹੀ, ਮੈਂ ਵੀ ਰਾਣੀ ਤੂੰ ਵੀ ਰਾਣੀ, ਕੌਣ ਭਰੇਗਾ ਪਾਣੀ। ਜਿੱਥੇ ਬੋਲਣ ਹਾਰੀਐ ਤਿੱਥੇ ਚੰਗੀ ਚੁੱਪ, ਝੋਟਿਆਂ ਦੇ ਪੇੜ 'ਚ ਮਲਿਆਂ ਦਾ ਨਾਸ, ਬਾਂਹ 'ਤੇ ਚੂੜੀਆਂ ਦਾ ਚਾਅ, ਚਿੰਤਾ ਛਿਖਾ ਬਰਾਬਰ। ਜੰਗ ਨਾਲ ਚੱਲੇ ਅਤੇ ਸਭ ਕੁਝ ਪੱਲੇ, ਡਾਢਿਆਂ ਦਾ ਸੱਤੀ ਵੀ ਹੀ ਸੋ। ਬਿੱਲੀ ਦੇ ਸਿਰਾਣੇ ਦੁੱਧ ਨਹੀਂ ਜੰਮਦਾ, ਢਿੱਡ ਭਰਿਆ ਕੰਮ ਸਰਿਆ, ਜਾਂਦੇ ਚੋਰ ਦੀ ਲੰਗੋਟੀ ਹੀ ਸਹੀ। ਛੱਜ ਤਾਂ ਬੋਲੇ ਛਾਨੀ ਕਿਉਂ ਬੋਲੇ, ਘੜੇ ਨੂੰ ਹੱਥ ਲਾਇਆ ਸਾਰਾ ਟੱਬਰ ਤਿਹਾਇਆ, ਭੱਜਦਿਆਂ ਨੂੰ ਵਾਹਣ ਇੱਕੋ ਜਿਹੇ। ਅਤੇ ਬੱਚਿਓ, ਇਹ ਸੀ ਆਪਣੇ ਅਖੌਤਾਂ ਮਹੱਤਵਪੂਰਨ। ਅਤੇ ਇਸ ਵਿੱਚ ਕੁਛ ਮਤਲਬ ਛੋਟੀ ਮੋਟੀਆਂ ਮਿਸਟੇਕਸ ਨੇ ਜਿਹੜੀਆਂ ਟਾਈਪਿੰਗ 'ਚ ਹੋਈਆਂ ਨੇ, ਅਤੇ ਇਹ ਜਿਹੜੀ ਅਖੌਤਾਂ ਨੇ ਇਹ ਅਨਸੋਲਵ ਨੇ ਬਟ ਮਹੱਤਵਪੂਰਨ ਨੇ। ਜੇ ਤੁਸੀਂ ਇਹਨੂੰ ਸੋਲਵ ਕਰੋਗੇ, ਪ੍ਰੈਕਟਿਸ ਕਰੋਗੇ ਤਾਂ ਜ਼ਰੂਰ ਤੁਹਾਡੀ ਹੈਲਪ ਹੋਏਗੀ। ਅਤੇ ਇਹ ਭਾਗ 2 ਹੈ। ਅਤੇ ਆਸ ਕਰਦੀ ਹਾਂ ਵੀਡੀਓ ਚੰਗੀ ਲੱਗੀ ਹੋਏਗੀ। ਵੀਡੀਓ ਚੰਗੀ ਲੱਗੀ ਤਾਂ ਇਸਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰਨਾ, ਚੈਨਲ ਨੂੰ ਸਬਸਕ੍ਰਾਈਬ ਕਰਨਾ। ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ।